ਇਸ ਟਰੱਕ ਦੇ ਵਿੱਚ ਸਨ ਬੇਜ਼ੁਬਾਨ ਪਸ਼ੂ ਜਿਨ੍ਹਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਟਰੱਕ ਦੇ ਵਿੱਚ ਲੱਦ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਇਆ ਜਾ ਰਿਹਾ ਸੀ ਤੇ ਇਸ ਟਰੱਕ ਨੂੰ ਫੜ ਲਿਆ ਗਊ ਸੁਰੱਖਿਆ ਦਲ ਦੇ ਮੈਂਬਰਾਂ ਨੇ, ਜਿਸ ਤੋਂ ਬਾਅਦ ਟਰੱਕ ਚਾਲਕ ਤੇ ਉਸਦੇ ਸਾਥੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦਰਅਸਲ ਇਸ ਟਰੱਕ ਦੇ ਵਿੱਚ 3 ਗਾਵਾਂ ਤੇ 1 ਬੈਲ ਲੱਦਿਆ ਹੋਇਆ ਸੀ ਅਤੇ ਇਸ ਟਰੱਕ ਨੂੰ ਮੌਕੇ ਤੇ ਗਊ ਸੁਰੱਖਿਆ ਦਲ ਨੇ ਰੋਕ ਲਿਆ ਅਤੇ ਟਰੱਕ ਚਾਲਕ ਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਲਿਆ। ਇਹ ਟਰੱਕ ਚਾਲਕ ਸਬਜ਼ੀਆਂ ਦੀ ਆੜ ਦੇ ਵਿੱਚ 1 ਬੈਲ ਤੇ 3 ਗਾਵਾਂ ਨੂੰ ਇਸ ਟਰੱਕ ਦੇ ਵਿੱਚ ਲੱਦ ਕੇ ਲੈ ਕੇ ਜਾ ਰਹੇ ਸਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹਿੰਦੂ ਨੇਤਾਵਾਂ ਨੇ ਦੱਸਿਆ ਕਿ ਟਰੱਕ ਚਾਲਕ ਦੁਆਰਾ ਟਰੱਕ ਦੇ ਵਿੱਚ ਗਊਆਂ ਨੂੰ ਛੁਪਾ ਕੇ ਉਹਨਾਂ ਉੱਤੇ ਛੱਤ ਬਣਾਈ ਗਈ ਸੀ ਅਤੇ ਉਸ ਦੇ ਉੱਤੇ ਸ਼ੈੱਡ ਬਣਿਆ ਹੋਇਆ ਸੀ ਜਿਸ ਤੇ ਸਬਜ਼ੀਆਂ ਰੱਖੀਆਂ ਹੋਈਆਂ ਸਨ, ਜਿਸ ਦੀ ਸੂਚਨਾ ਗਊ ਸੁਰੱਖਿਆ ਦੇ ਦਲ ਨੂੰ ਕਿਸੇ ਵੱਲੋਂ ਦਿੱਤੀ ਗਈ। ਸੂਚਨਾ ਮਿਲਦੇ ਹੀ ਗਊ ਸੁਰੱਖਿਆ ਦਲ ਦੇ ਮੈਂਬਰਾਂ ਨੇ ਟਰੱਕ ਨੂੰ ਟਰੈਪ ਤੇ ਲਗਾ ਕੇ ਟਰੱਕ ਚਾਲਕ ਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਲਿਆ। ਇਸ ਮਾਮਲੇ ਨੂੰ ਲੈ ਕੇ ਹਿੰਦੂ ਨੇਤਾਵਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਜਾਂਚ ਦੇ ਵਿੱਚ ਪਤਾ ਚੱਲਿਆ ਕਿ ਟਰੱਕ ਚਾਲਕ ਗਊਆਂ ਨੂੰ ਜੰਮੂ ਕਸ਼ਮੀਰ ਲੈ ਕੇ ਜਾ ਰਿਹਾ ਸੀ। ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉੱਥੇ ਮੌਕੇ ਤੇ ਪਹੁੰਚੇ ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਏ ਨੇ। ਅੱਜ ਜਲੰਧਰ ਦੇ ਵਿੱਚ ਜਿਹੜੀ ਗੱਡੀ ਕਾਬੂ ਕੀਤੀ ਹੈ, ਬਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ, ਇੱਥੇ ਜਿੰਨੇ ਵੀ ਸਹਿਯੋਗੀ ਮੇਰੇ ਨਾਲ ਜਿਹੜੇ ਭਾਈ ਸਾਹਿਬ ਖੜੇ ਹੈ, ਹੋਰ ਵੀ ਹੈ, ਉਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ, ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ, ਆਹ ਮੇਰੇ ਵੀਰ ਜੀ ਨਾਲ ਹੈ, ਸਾਰੇ ਇਕੱਠੇ ਹੋ ਕੇ ਨਾਲ ਸਭੀ ਹੈ। ਦੇਖੋ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਇੱਥੇ ਰਾਤ ਨੂੰ ਦੇਖੋ ਇਸ ਟਾਈਮ 3-4 ਸਰ ਗਊ ਕਿੱਥੇ ਫੜੀ, ਬਰਾਮਦ ਕਿੱਥੇ ਹੋਈ ਆ? ਨਕੋਦਰ ਚੌਂਕ ਹੈ ਜਿਹੜਾ। ਇਹ ਕਿੱਥੋਂ ਮਗਰ ਕਰ ਰਹੇ, ਕਿੱਥੋਂ ਤੋਂ ਪਿੱਛਾ ਕਰ ਰਹੇ ਸੀ? ਮਗਰ ਦੀ ਗੱਲ ਕਰੀਏ ਜੀ, ਇਸ ਬੰਦੇ ਨੇ ਬਕਾਇਦਾ ਇਹ 3-4 ਦਿਨ ਤੋਂ ਇਹ ਅਸੀਂ ਇਹਨਾਂ ਇਹਦੀ ਮਤਲਬ ਭਾਲ 'ਚ ਲੱਗੇ ਸੀ। 3-4 ਦਿਨਾਂ ਤੋਂ ਟਰੈਪ ਲਾਇਆ ਸੀ ਤੁਸੀਂ? ਕਿਉਂਕਿ ਉਹਦਾ ਕਾਰਨ ਕੀ ਸੀਗਾ, ਇਹ ਬੰਦਾ ਇਸ ਤੋਂ ਪਹਿਲਾਂ ਵੀ ਤਸਕਰੀ ਕਰਦਾ, ਔਰ ਦੱਸਣਯੋਗ ਗੱਲ ਇਹ ਹੈ ਕਿ ਇਹ ਲੋਕ ਜਦੋਂ ਤਸਕਰੀ ਕਰਦੇ ਆ ਨਾਲ ਇਹਨਾਂ ਕੋਲ ਹਥਿਆਰ ਵੀ ਹੁੰਦੇ, ਅਗਰ ਇਹਦੀ ਤਲਾਸ਼ੀ ਕੀਤੀ ਜਾਵੇ ਬਕਾਇਦਾ ਤੇ ਅਸਲਾ ਵੀ ਮਿਲ ਸਕਦਾ। ਉਹਦਾ ਕਈ ਕਾਰਨ ਹੈ। ਜਦੋਂ ਅਸੀਂ ਗੱਡੀ ਦੇ ਪਿੱਛੇ ਰੁਕਵਾਉਣ ਦੀ, ਕਿਹੜੀ ਜਗ੍ਹਾ ਤੋਂ ਕਰ ਰਹੇ ਸੀ ਪਿੱਛਾ? ਮੋਗੇ ਸਾਈਡ ਅਸੀਂ ਨਾ ਰਸਤੇ 'ਚ ਜਦੋਂ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ, ਇਹਨੇ ਗੱਡੀ ਭਜਾਈ ਬੜੀ ਸਪੀਡ ਦੇ ਨਾਲ ਅਤੇ ਇਹਨੇ ਸਾਡੇ ਉੱਪਰ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕਰੀ, ਕਿਉਂਕਿ ਇਹਦੇ ਹਾਦਸੇ ਨਾਲ ਹੋ ਸਕਦਾ ਸਾਡੇ ਕੁਛ ਹਾਦਸਾ ਹੋ ਸਕਦਾ ਸੀ। ਪਰ ਜਲੰਧਰ ਦੇ ਵਿੱਚ ਬਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ, ਜਿਹੜੇ ਭਾਈ ਸਾਹਿਬ ਹੈ ਸਾਡੇ, ਇਹਨਾਂ ਦੀ ਮਦਦ ਨਾਲ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਅਤੇ ਨਾਕੇਬੰਦੀ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਗਾਵਾਂ ਦੀ ਗੱਡੀ ਕਾਬੂ ਕੀਤੀ ਹੈ। ਪਰ ਇਹ ਗਾਵਾਂ ਦੀ ਜਿਹੜੀ ਤਸਕਰੀ ਹੈ, ਇਹ ਤਸਕਰੀ ਦਾ ਤਰੀਕਾ ਤੁਸੀਂ ਸ਼ਾਇਦ ਪਹਿਲਾਂ ਨਾ ਦੇ ਵੇਖਿਆ ਹੋਵੇ। ਇਹਦੇ 'ਚ ਇਹਨਾਂ ਨੇ ਕੀ ਕੀਤਾ, ਉੱਪਰ ਸਬਜ਼ੀਆਂ ਲੋਡ ਕਰਕੇ, ਘੀਆ ਦੀ ਹੋਰ ਸਬਜ਼ੀਆਂ ਲੋਡ ਕਰਕੇ ਬਕਾਇਦਾ ਉਹਦੇ ਨੀਚੇ ਛੱਤ ਬਣਾਈ ਫੱਟਿਆਂ ਦੀ ਅਤੇ ਉਹ ਛੱਤ ਦੇ ਨਾਲ ਨੀਚੇ ਨੂੜ ਕੇ ਗੱਠੜੀ ਦੀ ਤਰ੍ਹਾਂ ਉਹ ਬੰਨ ਕੇ ਰੱਖੀ ਹੈ, ਤੁਸੀਂ ਲਾਈਵ ਦੇਖ ਸਕਦੇ ਹੋ ਇੱਥੇ। ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਤਸਕਰ 2 ਕਾਬੂ ਕੀਤੇ ਹੈ, ਇਹਨਾਂ ਦੇ ਘੱਟੋ ਘੱਟ ਜ਼ਿਆਦਾ ਨਹੀਂ ਕਹਿੰਦੇ, 302 ਦਾ ਮੁਕੱਦਮਾ ਦਰਜ ਹੋਵੇ। ਲੋਕ ਸਾਨੂੰ ਕਹਿਣਗੇ ਵੀ 302 ਦਾ ਮੁਕੱਦਮਾ ਕਿਉਂ ਹੋਵੇ? ਕਹਿੰਦੇ ਕਿਸੇ ਦਾ ਅਗਰ ਕਤਲ ਹੁੰਦਾ ਤਾਂ ਉੱਥੇ 302 ਲੱਗਦੀ ਹੈ। ਸ਼ਾਇਦ ਹੁਣ ਲਾਅ ਚੇਂਜ ਹੋਏ ਹੈ। ਅਸੀਂ ਤਾਂ ਪ੍ਰਸ਼ਾਸਨ ਅੱਗੇ, ਸੈਂਟਰ ਗੌਰਮੈਂਟ ਅੱਗੇ ਵੀ ਇਹੀ ਮੰਗ ਕਰਦੇ ਹਾਂ ਵੀ ਇੱਦਾਂ ਦਾ ਕਾਨੂੰਨ ਹੋਵੇ ਜਿਹਦੇ ਤਹਿਤ ਜਦੋਂ ਵੀ ਤਸਕਰੀ ਵਾਲੀ ਗੱਡੀ ਫੜੇ ਤਾਂ ਉਹ ਘੱਟੋ ਘੱਟ ਉਮਰ ਕੈਦ ਤਾਂ ਜ਼ਰੂਰ ਹੋਵੇ। ਇਸ ਲਈ ਬੇਨਤੀ ਕਰਦੇ ਹਾਂ ਕਿ ਇਹਨਾਂ 'ਤੇ ਕਾਰਵਾਈ ਹੋਵੇ। ਅੱਜ ਸਵੇਰੇ ਕੋਈ 3:30 ਵਜੇ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਕੰਟਰੋਲ ਰੂਮ ਜਲੰਧਰ ਤੋਂ ਇੱਕ ਇੰਟੀਮੇਸ਼ਨ ਜਿਹੜੀ ਮਿਲੀ ਸੀਗੀ ਕਿ ਵੀ ਇੱਕ ਟਰੱਕ ਹੈਗਾ ਵਾ ਟਾਟਾ 710 ਜਿਹਦਾ ਕਿ ਨੰਬਰ DL1LAM5112 ਵੀ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਗਊਆਂ ਨੂੰ ਲੱਦ ਕੇ ਲੈ ਕੇ ਜਾ ਰਹੇ ਆ। ਤਾਂ ਇਸ ਇੰਟੀਮੇਸ਼ਨ ਦੇ ਉੱਤੇ ਜਿਹੜਾ ਹੈਗਾ ਡਿਵੀਜ਼ਨ ਨੰਬਰ 4 ਦਾ ਡਿਊਟੀ ਅਫਸਰ SI ਸੁਰਜੀਤ ਸਿੰਘ ਜਿਹੜਾ ਹੈਗਾ
ਉਹ ਨਕੋਦਰ ਚੌਂਕ ਪਹੁੰਚਿਆ ਸੀਗਾ ਅਤੇ ਉਹਨਾਂ ਨੇ ਇਸ ਗੱਡੀ ਨੂੰ ਰਾਊਂਡ ਅਪ ਕੀਤਾ। ਤੋ ਜਦੋਂ ਚੈੱਕ ਕੀਤਾ ਤਾਂ ਉਸ ਗੱਡੀ ਦੇ ਵਿੱਚ ਉੱਪਰ ਜਿਹੜੀ ਹੈਗੀ ਸੀਗੀ ਉਹ ਸਬਜ਼ੀ ਲੱਦੀ ਹੋਈ ਸੀਗੀ ਅਤੇ ਨੀਚੇ ਚਾਰ ਗਊਆਂ ਸੀਗੀਆਂ। ਤਾਂ ਇਹਦੇ ਵਿੱਚ ਜਿਹੜੇ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ ਦੋ ਵਿਅਕਤੀ, ਜਿਹਦੇ ਵਿੱਚ ਇੱਕ ਦਾ ਨਾਮ ਦਿਵਾਰਕਾ ਕੁਮਾਰ ਜਿਹੜਾ ਕਿ ਬੇਸਿਕਲੀ ਮੰਗਲਪੁਰੀ ਵੈਸਟ ਦਿੱਲੀ ਦਾ ਕਿਰਾਏਦਾਰ ਆ ਉੱਥੇ ਇਹ, ਔਰ ਦੂਸਰਾ ਜਿਹੜਾ ਸੀਗਾ ਲਾਲ ਬਾਬੂ, ਇਹ ਜਿਹੜਾ ਹੈਗਾ ਵਾ ਅਰਜਨ ਨਗਰ ਪੱਛਮੀ ਦਿੱਲੀ ਦਾ। ਬੇਸਿਕਲੀ ਇਹ ਜਿਹੜੇ ਦੋਨੇ ਹੀ ਹੈਗੇ ਨੇ ਇਹ ਬਿਹਾਰ ਦੇ ਰਹਿਣ ਵਾਲੇ ਦਰਭੰਗਾ ਜ਼ਿਲ੍ਹੇ ਦੇ। ਤੋ ਇਹਨਾਂ ਨੂੰ ਵੀ ਜਿਹੜਾ ਹੈਗਾ ਨਾਲ ਹੀ ਰਾਊਂਡ ਅਪ ਕੀਤਾ ਸੀਗਾ। ਤੋ ਇਹਦੇ ਦੌਰਾਨ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਸੀਗੀ ਕਿ ਇਹਦੋ ਜਿਹੜੀ ਗਊ ਤਸਕਰੀ ਦੇ ਸੰਬੰਧ ਦੇ ਵਿੱਚ ਗਊਆਂ ਨੂੰ ਜਿਹੜਾ ਹੈਗਾ ਇਹ ਪਠਾਨਕੋਟ ਲੈ ਕੇ ਚੱਲੇ ਸੀ, ਲੇਕਿਨ ਸਪੈਸੀਫਿਕ ਪਲੇਸ ਨਹੀਂ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ। ਤੋ ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 86 ਜਿਹੜਾ ਅਸੀਂ ਅੱਜ ਹੀ ਦਰਜ ਕੀਤਾ ਹੈਗਾ ਡਿਵੀਜ਼ਨ ਨੰਬਰ 4 ਦੇ ਵਿੱਚ, ਜਿਹਦੇ ਵਿੱਚ ਸੈਕਸ਼ਨ 299 BNS ਜਿਹੜੀ ਕਿ ਪਹਿਲਾਂ ਆਪਣੀ 295A ਹੁੰਦੀ ਸੀ, ਔਰ ਪਲੱਸ ਇਹਦੇ ਵਿੱਚ ਕਾਊਸ ਲੈਟਰ ਐਕਟ ਔਰ ਪਲੱਸ ਐਨੀਮਲ ਕਰੂਲਟੀ ਐਕਟ, ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਨੇ ਰਿਲੇਵੈਂਟ ਸੈਕਸ਼ਨ ਅਸੀਂ ਲਾ ਕੇ ਇਹਦੀ FIR ਦਰਜ ਕੀਤੀ ਹੈ। ਅਤੇ ਦੋਨਾਂ ਮੁਲਜ਼ਮਾਂ ਨੂੰ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਹੈਗਾ ਗ੍ਰਿਫਤਾਰ ਕਰ ਰਹੇ ਹਾਂ। ਅਤੇ ਜਿਹੜੀਆਂ ਗਊਆਂ ਸੀਗੀਆਂ ਉਹਨਾਂ ਦੀ ਜਿਹੜੀ ਹਾਲਤ ਪ੍ਰੋਪਰਲੀ ਨਹੀਂ ਸੀਗੀ, ਉਹ ਥੋੜ੍ਹੀਆਂ ਬਿਮਾਰ ਸੀਗੀਆਂ, ਅਸੀਂ ਉਹਨਾਂ ਨੂੰ ਇਲਾਜ ਵਾਸਤੇ ਔਰ ਸਾਂਭ ਸੰਭਾਲ ਵਾਸਤੇ ਜਿਹੜਾ ਹੈਗਾ ਵਾ ਚੁਗਿੱਟੀ ਜਿਹੜਾ ਹੈਗਾ ਆਪਣੇ ਗਊ ਘਰ ਜਿਹੜਾ ਹੈਗਾ ਉੱਥੇ ਇਹਨਾਂ ਨੂੰ ਅਸੀਂ ਉਹਨਾਂ ਦੇ ਹੈਂਡ ਓਵਰ ਕਰਤਾ ਸੀ। ਇਹ ਪੀਨੇ ਡਾਕਟਰ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਉਹ ਗਊਆਂ ਦਾ ਪ੍ਰੋਪਰਲੀ ਮੈਡੀਕਲ ਕਰਨ ਤਾਂ ਕਿ ਪਤਾ ਲੱਗ ਸਕੇ ਗਊਆਂ ਨੂੰ ਕੀ ਦਿੱਤਾ ਗਿਆ ਹੈਗਾ। ਫਿਲਹਾਲ ਉਹ ਗਊਸ਼ਾਲਾ ਦੇ ਵਿੱਚ ਹੈ। ਦੋ ਵਿਅਕਤੀ ਆ ਜੀ ਫਿਲਹਾਲ ਜਿਹੜੇ ਅਸੀਂ ਰਾਊਂਡ ਅਪ ਕੀਤੇ ਗਏ, ਇਹ ਚੈੱਕ ਕਰ ਲੈਂਦੇ ਜੀ। ਫਿਲਹਾਲ FIR ਦਰਜ ਕੀਤੀ ਹੈਗੀ, ਹੁਣ ਜਿੰਨੀ ਹੈਗੀ ਤਫਤੀਸ਼ ਆਊਗੀ ਉਹਦੇ ਵਿੱਚ ਅਸੀਂ ਤਫਤੀਸ਼ ਕਰਾਂਗੇ। ਇਹਦਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ, ਅਸੀਂ ਤੁਹਾਨੂੰ ਕਲੀਅਰ ਕਰ ਦਾਂਗੇ ਵੀ ਕੌਣ ਟਰੱਕ ਦਾ ਮਾਲਕ ਹੈ ਅਤੇ ਕੌਣ ਇਹ ਸੀਗਾ, ਲੇਕਿਨ ਫਿਲਹਾਲ ਅਸੀਂ ਦੋਨੇ ਬੰਦੇ ਜਿਹੜੇ ਹੈਗੇ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਏ ਜੀ।